ਸੁਣ ਲਓ ਮਸਜਿਦ ਚ ਗਿਆ ਮਸਜਿਦ ਚ ਮੌਲਵੀ ਸਾਹਿਬ ਕਹਿੰਦੇ ਨਮਾਜ਼ ਪੜ੍ਹਨ ਆਇਆ ਕਹਿੰਦਾ ਨਹੀਂ ਜੀ ਭੈਣ ਗੁਆਚੀ ਉਹਦਾ ਐਲਾਨ ਕਰਨ ਆਇਆ ਮੈਨੇ ਤੁਹਾਡੀ ਕੋਈ ਮਾਂ ਬਹਿਣ ਕੀ ਬਾਤ ਕੀ ਹੈ ਨਹੀਂ ਨਹੀਂ ਮੈਂ ਤੁਹਾਡੀ ਮਾਂ ਬਹਿਣੋਂ ਤੱਕ ਜਾਤਾ ਹੂੰ ਨਹੀਂ ਵੋ ਖੁਦ ਹੀ ਆ ਜਾਤੀ ਹੈ मैंने मलका को नहाते हुए देख लिया अच्छा अमरीका तो आई है तेन कुछ ने भेजा होना ਸਾਡੇ ਹਥਿਆਰ ਚੈੱਕ ਕਰਨ ਲਈ ਸਿੰਧੂ ਆਏ ਨੇ ਸਿੰਧੂ ਹਾਂਜੀ ਹਾਂਜੀ ਉੱਥੋਂ ਉਹਨਾਂ ਨੇ ਕੱਢ ਦਿੱਤਾ ਸਿੰਧੀਆਂ ਨੇ ਉਹ ਕਿਹਾ ਉਹਨਾਂ ਦੀਆਂ ਚਾਦਰਾਂ ਟੁੱਕਦਾ ਸੀ ਇਹ ਕੁੜੀ ਇਹ ਗੱਲ ਤਾਂ ਦੱਸ ਤੂੰ ਜੜਾ ਵਾਲਾ ਵੇਖੀਏ ਨਹੀਂ ਵੇਖਿਆ बगैर जड़ा नहीं वेख्या मैं तेन जड़ा वाला बहा देना तू मेनू राह नहीं बहा दे बस नहीं चलती दो मंजिली आहो आ उतली मंजिल चल गया अच्छा उतली मंजिल खलो कहना उतली बस का तो ड्राइवर ही नहीं आया भैन नस गई लोग कहते तू तो तवीत करता है तेरी भैन नस गई तेन पता नहीं हाँ। उन्होंने सच्चा होने लिये कहना मैं ही तवीत दिता ही हाँ जी पूछो टोपी डिंगी क्यों है पागल है सच बन तक टोपी डिंगी हो जाती है फड़के ਲੱਖ ਲਾਨਤ ਬਈ ਤੇਰੇ ਚੌਧਰੀ ਹੋਣ ਤੇ ਉਹ ਬਗੈਰ ਤਾਂ ਤੇਰੇ ਕੋ 35 ਦਾ ਅੰਡਰਵੇਅਰ ਵੀ ਨਹੀਂ ਹੋਇਆ ਤੂੰ ਵੀ ਕਿੱਡਾ ਖੁਸ਼ ਕਿਸਮਤ ਦੇ ਛੋਟਾ ਚੌਧਰੀ ਵੇਖ ਲਿਆ ਬਾਬਾ ਜੀ ਆਪ ਬੋਟੀ ਖਾ ਕੇ ਹੱਡੀ ਚੂਸ ਲੈਂਦਾ ਹੈ ਹਾਂ ਬਾਬਾ ਤੂੰ ਬੰਦਾ ਨਹੀਂ ਚੰਗਲ ਹੈ ਇਹੋ ਜਿਹੀਆਂ ਟੀਚਰਾਂ ਹੁੰਦੀਆਂ ਪੜ੍ਹਦੀਆਂ ਪੁੜਦੀਆਂ ਕੋਈ ਨਹੀਂ ਸਿਰਫ ਬੱਚਿਆਂ ਦੀਆਂ ਸਿੱਪਾਂ ਠੀਕ ਕਰਦੀਆਂ ਇੱਧਰ ਇੱਕ ਸਿੱਪ ਫੇਰ ਚਾਹ ਨਾ ਕੱਢ ਜਾਂਦੀ ਆਪ ਉੱਥੇ ਖੇਡ ਲੱਗ ਪੈਂਦੀਆਂ ਮੇਲਾ ਛੋ ਨਾ ਮੇਲਾ ਕਹੋ ਨਾ ਮੈਂ ਤੇਰੇ ਨਾਲ ਪਿਆਰ ਕਰਨੀ ਦੇਖ ਕਿੰਨਾ ਮਜ਼ਾ ਆਉਂਦਾ ਮੈਂ ਤੇਰੇ ਨਾਲ ਬਹੁਤ ਪਿਆਰ ਕਰਨੀ ਹਾਂ ਲੇਕਿਨ ਮੇਰੇ ਕੋਲ ਟਾਈਮ ਨਹੀਂ ਹੈਗਾ ਤੂੰ ਧਿਆਨ ਨਾ ਵੇਖ ਰੇ ਸੇਰੇ तुम चाहते हो तुम्हारे चारों तरफ खुशबू ही खुशबू हो हाँ जी हाँ जी तो जुराबें धो के पहना करो